ਨਿਊ ਅਕੈਡਮੀ ਚੈਨਲ ਤੇ ਪਹੁੰਚਣ ਦੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲਓ। ਅੱਜ ਅਸੀਂ ਪੜ੍ਹਾਂਗੇ ਵਿਸਮਕ ਬਾਰੇ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਇੰਟਰਜੈਕਸ਼ਨ ਬੋਲਦੇ ਹਾਂ। ਇਹ ਕੀ ਹੁੰਦਾ ਹੈ ਵਿਸਮਕ? ਖੁਸ਼ੀ, ਗਮੀ, ਹੈਰਾਨੀ, ਪ੍ਰਸ਼ੰਸਾ, ਭੈ ਆਦਿ ਭਾਵਾਂ ਨੂੰ ਪ੍ਰਗਟ ਕਰਨ ਲਈ ਸਾਡੇ ਮੂੰਹ ਜੋ ਸੁਭਾਵਿਕ ਹੀ ਜੋ ਸ਼ਬਦ ਨਿਕਲਦੇ ਹਨ ਉਹ ਵਿਸਮਕ ਅਖਵਾਉਂਦਾ ਹੈ। ਲਿਖਤੀ ਰੂਪ ਵਿੱਚ ਅਜਿਹੇ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਵਿਸਮਕ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਵਿਸਮਕ ਦੀਆਂ 9 ਕਿਸਮਾਂ ਹੁੰਦੀਆਂ ਹਨ ਜੋ ਇਸ ਪ੍ਰਕਾਰ ਹਨ। ਨੰਬਰ 1, ਸੰਬੋਧਨੀ ਵਿਸਮਕ। ਸੰਬੋਧਨੀ ਵਿਸਮਕ ਅਸੀਂ ਕਿਸ ਨੂੰ ਆਖਦੇ ਹਾਂ? ਜਦੋਂ ਅਸੀਂ ਕਿਸੇ ਨੂੰ ਸੰਬੋਧਨ ਕਰਨ ਵਾਸਤੇ ਅਸੀਂ ਮੂੰਹੋਂ ਸ਼ਬਦ ਬੋਲਦੇ ਹਾਂ ਉਸ ਨੂੰ ਅਸੀਂ ਸੰਬੋਧਨੀ ਵਿਸਮਕ ਬੋਲਦੇ ਹਾਂ। ਜਿਵੇਂ ਓਏ ਮੁੰਡਿਆ, ਨੀ ਕੁੜੀਏ, ਓਏ ਝੱਲਿਆ, ਓਏ ਮੂਰਖਾ ਆਦਿ ਕੀ ਹੈ ਸਾਰੇ ਜਿਹੜੇ ਆ ਸੰਬੋਧਨੀ ਵਿਸਮਕ ਅਖਵਾਉਂਦੇ ਹਨ। ਨੰਬਰ 2 ਤੇ ਆ ਪ੍ਰਸ਼ੰਸਾ ਵਾਚਕ ਵਿਸਮਕ। ਪ੍ਰਸ਼ੰਸਾ ਵਾਚਕ ਵਿਸਮਕ ਉਹ ਹੁੰਦੇ ਹਨ ਜਦੋਂ ਅਸੀਂ ਕਿਸੇ ਦੀ ਪ੍ਰਸ਼ੰਸਾ ਵਾਸਤੇ ਜਾਂ ਕਿਸੇ ਦੀ ਸਿਫਤ ਵਾਸਤੇ ਜੋ ਸ਼ਬਦ ਮੂੰਹੋਂ ਬੋਲਦੇ ਹਾਂ ਉਸ ਨੂੰ ਅਸੀਂ ਪ੍ਰਸ਼ੰਸਾ ਵਾਚਕ ਵਿਸਮਕ ਬੋਲਦੇ ਹਾਂ। ਜਿਵੇਂ ਬੱਲੇ ਬੱਲੇ, ਵਾਹ ਵਾਹ, ਸ਼ਾਬਾਸ਼, ਅਸ਼ਕੇ ਹੋਏ, ਸਦਕੇ ਜਵਾਨਾਂ ਆਦਿ ਸਾਰੇ ਜਿਹੜੇ ਆ ਇਹ ਕੀ ਹਨ? ਇਹ ਪ੍ਰਸ਼ੰਸਾ ਵਾਚਕ ਵਿਸਮਕ ਹਨ। ਨੰਬਰ 3 ਤੇ ਆ ਸ਼ੋਕ ਵਾਚਕ ਵਿਸਮਕ। ਇਹ ਵਿਸਮਕ ਉਹ ਹੁੰਦੇ ਹਨ ਜਦੋਂ ਅਸੀਂ ਕਿਸੇ ਨੂੰ ਅਫਸੋਸ ਨਾਲ ਜਾਂ ਅਫਸੋਸ ਨਾਲ ਜਿਹੜੇ ਸ਼ਬਦ ਆਪਣੇ ਮੂੰਹੋਂ ਬੋਲਦੇ ਹਾਂ ਉਹਨਾਂ ਨੂੰ ਅਸੀਂ ਜਿਹੜੇ ਆ ਸ਼ੋਕ ਵਾਚਕ ਵਿਸਮਕ ਬੋਲਦੇ ਹਾਂ। ਜਿਵੇਂ ਅਫਸੋਸ, ਹਾਏ, ਹਾਏ ਰੱਬਾ, ਹਾਏ ਮਾਂ, ਤੋਬਾ, ਇਹ ਸਭ ਕੀ ਹਨ ਜਿਹੜੇ ਆ ਸ਼ੋਕ ਵਾਚਕ ਵਿਸਮਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਨੰਬਰ 4 ਆ ਫਟਕਾਰ ਵਾਚਕ ਵਿਸਮਕ। ਫਟਕਾਰ ਵਾਚਕ ਵਿਸਮਕ ਉਹ ਹੁੰਦੇ ਹਨ ਜਦੋਂ ਅਸੀਂ ਕਿਸੇ ਨੂੰ ਜਿਹੜੀ ਆ ਫਟਕਾਰ ਆਦਿ ਜਾਂ ਲਾਂਤ ਪਾਉਂਦੇ ਹਾਂ ਅਤੇ ਉਸ ਦੇ ਉਹ ਜਦੋਂ ਅਸੀਂ ਇਹ ਸ਼ਬਦ ਆਪਣੇ ਮੂੰਹੋਂ ਇਹ ਜਿਹੜੀ ਆ ਭਾਵ ਪ੍ਰਗਟ ਕਰਨਾ ਹੁੰਦਾ ਹੈ ਅਤੇ ਇਸ ਨੂੰ ਅਸੀਂ ਜਿਹੜੀ ਆ ਫਟਕਾਰ ਵਾਚਕ ਵਿਸਮਕ ਬੋਲਦੇ ਹਾਂ। ਜਿਵੇਂ ਲੱਖ ਲਾਂਤ, ਫਿਟੇ ਮੂੰਹ, ਦਫਾ ਹੋ, ਸੱਤਿਆਨਾਸ ਆਦਿ ਸਾਰੇ ਜਿਹੜੇ ਆ ਫਟਕਾਰ ਵਾਚਕ ਵਿਸਮਕ ਦੇ ਵਿੱਚ ਆਉਂਦੇ ਹਨ। ਨੰਬਰ 5 ਹੈਰਾਨੀ ਵਾਚਕ ਵਿਸਮਕ। ਹੈਰਾਨੀ ਵਾਚਕ ਵਿਸਮਕ ਉਹ ਹੁੰਦੇ ਹਨ ਜਦੋਂ ਅਸੀਂ ਕੋਈ ਅਚਾਨਕ ਸਾਨੂੰ ਕਿਸੇ ਚੀਜ਼ ਨੂੰ ਵੇਖ ਕੇ ਹੈਰਾਨੀ ਪ੍ਰਗਟ ਹੁੰਦੀ ਹੈ ਅਤੇ ਜੋ ਸ਼ਬਦ ਸਾਡੇ ਮੂੰਹ ਵਿੱਚੋਂ ਨਿਕਲਦੇ ਹਨ ਉਸ ਨੂੰ ਅਸੀਂ ਹੈਰਾਨੀ ਵਾਚਕ ਵਿਸਮਕ ਆਖਦੇ ਹਨ। ਜਿਵੇਂ ਹਸ਼ਾ, ਹੈ, 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 ਕਮਾਲ ਹੈ, ਵਾਹ ਭਈ ਵਾਹ ਆਦਿ ਜਿਹੜੇ ਆ ਸਾਰੇ ਹੈਰਾਨੀ ਵਾਚਕ ਵਿਸਮਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਨੰਬਰ 6 ਸਤਿਕਾਰਵਾਚਕ। ਸਤਿਕਾਰਵਾਚਕ ਉਹ ਵਿਸਮਕ ਹੁੰਦੇ ਹਨ ਜਦੋਂ ਅਸੀਂ ਕਿਸੇ ਦੀ ਜਿਹੜੀ ਆ ਸਤਿਕਾਰ ਦੇ ਵਿੱਚ ਜਿਹੜੇ ਸ਼ਬਦ ਬੋਲਦੇ ਹਾਂ ਉਹਨਾਂ ਨੂੰ ਅਸੀਂ ਸਤਿਕਾਰਵਾਚਕ ਵਿਸਮਕ ਬੋਲਦੇ ਹਾਂ। ਜਿਵੇਂ ਧੰਨ ਭਾਗ, ਆਈਏ ਜੀ, ਆਇਆਂ ਨੂੰ ਹਾਰਦਿਕ ਸਵਾਗਤ ਆਦਿ ਜਿਹੜੇ ਆ ਇਹ ਸਾਰੇ ਸਤਿਕਾਰਵਾਚਕ ਵਿਸਮਕ ਦੀ ਸ਼੍ਰੇਣੀ ਦੇ ਵਿੱਚ ਅਸੀਂ ਲਿਖਦੇ ਹਾਂ। ਨੰਬਰ 7 ਅਸੀਸ ਵਾਚਕ ਵਿਸਮਕ। ਅਸੀਸ ਵਾਚਕ ਵਿਸਮਕ ਉਹ ਹੁੰਦੇ ਹਨ ਜਿਹੜੇ ਜਦੋਂ ਅਸੀਂ ਕਿਸੇ ਨੂੰ ਆਪਣੇ ਮੂੰਹੋਂ ਸੀਸ ਦਿੰਦੇ ਹਾਂ ਅਤੇ ਉਹ ਜਿਹੜੇ ਸ਼ਬਦ ਨਿਕਲਦੇ ਹਨ ਉਸ ਨੂੰ ਅਸੀਂ ਅਸੀਸ ਵਾਚਕ ਵਿਸਮਕ ਦੀ ਸ਼੍ਰੇਣੀ ਵਿੱਚ ਲਿਆਉਂਦੇ ਹਾਂ। ਜਿਵੇਂ ਭਲਾ ਹੋਵੇ, ਜਵਾਨੀਆਂ ਮਾਣੇ, ਸਾਈਂ ਜੀਵੇ, ਜਿਉਂਦੇ ਰਹੋ, ਬੁੱਢ ਸੁਹਾਗਣ ਹੋਵੇ ਆਦਿ ਜਿਹੜੇ ਆ ਸਾਰੇ ਕੀ ਆ ਸਾਰੇ ਜਿਹੜੇ ਆ ਅਸੀਸ ਵਾਚਕ ਵਿਸਮਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਨੰਬਰ 8 ਆ ਇੱਛਾ ਵਾਚਕ ਵਿਸਮਕ। ਇੱਛਾ ਵਾਚਕ ਵਿਸਮਕ ਉਹ ਹੁੰਦੇ ਹਨ ਜਦੋਂ ਅਸੀਂ ਕੋਈ ਆਪਣੇ ਮਨ ਦੇ ਵਿੱਚ ਇੱਛਾ ਪ੍ਰਗਟ ਕਰਦੇ ਹਾਂ ਅਤੇ ਉਹ ਹਾਵ ਭਾਵ ਪ੍ਰਗਟ ਕਰਨ ਵਾਸਤੇ ਜਿਹੜੇ ਸ਼ਬਦ ਅਸੀਂ ਬੋਲਦੇ ਹਾਂ ਉਸ ਨੂੰ ਅਸੀਂ ਜਿਹੜੀ ਆ ਇੱਛਾ ਵਾਚਕ ਵਿਸਮਕ ਬੋਲਦੇ ਹਾਂ। ਜਿਵੇਂ ਕਾਸ਼ ਮੇਰੇ ਕੋਲ ਆਹ ਚੀਜ਼ ਹੁੰਦੀ, ਹਾਏ ਹਾਏ ਜੇ ਕਿਤੇ ਮੈਂ ਉੱਥੇ ਜਾਂਦਾ, ਹੇ ਰੱਬਾ, ਹੇ ਕਰਤਾਰ ਆਦਿ ਸਾਰੇ ਜਿਹੜੇ ਆ ਇੱਛਾ ਵਾਚਕ ਵਿਸਮਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਨੰਬਰ 9 ਤੇ ਸੂਚਨਾ ਵਾਚਕ ਵਿਸਮਕ। ਸੂਚਨਾ ਵਾਚਕ ਵਿਸਮਕ
ਕਿਹੜੇ ਹੁੰਦੇ ਹਨ ਜਿਹਦੇ ਵਿੱਚ ਅਸੀਂ ਕਿਸੇ ਨੂੰ ਆਗਾਹ ਕਰਨਾ ਹੋਵੇ ਜਾਂ ਕਿਸੇ ਨੂੰ ਜਿਹੜਾ ਖਬਰਦਾਰ ਕਰਨਾ ਹੋਵੇ, ਉਹ ਜਿਹੜੇ ਆ ਸਾਰੇ ਜਿਹੜੇ ਆ ਸੂਚਨਾਵਾਚਕ ਵਿਸਮਕ ਅਖਵਾਉਂਦੇ ਹਨ, ਜਿਵੇਂ ਠਹਿਰੋ, ਰੁਕੋ, ਖਬਰਦਾਰ, ਵੇਖੀ, ਬਚ ਕੇ ਆਦਿ ਸਾਰੇ ਜਿਹੜੇ ਆ ਸੂਚਨਾਵਾਚਕ ਵਿਸਮਕ ਅਖਵਾਉਂਦੇ ਹਨ। ਇਹ ਸੀ ਅੱਜ ਦਾ ਜਿਹੜਾ ਟੌਪਿਕ ਆ, ਕਿਉਂਕਿ ਆਪਾਂ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਸੀ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਕ, ਉਹ ਜਿਹੜੀ ਆ ਜਿਹੜੀ ਸੀਰੀਜ਼ ਅੱਜ ਜਿਹੜੀ ਉਹ ਕੰਪਲੀਟ ਹੋਈ ਆ। ਆਸ ਹੈ ਕਿ ਤੁਸੀਂ ਇਸ ਚੀਜ਼ ਨੂੰ ਜਿਹੜੇ ਆ 2-4 ਵਾਰਾਂ ਵੇਖ ਕੇ ਅਤੇ ਤੁਹਾਡੇ ਦਿਮਾਗ ਦੇ ਵਿੱਚ ਜ਼ਰੂਰ ਬੈਠੋਗੇ। ਸੋ ਅੱਜ ਦਾ ਜਿਹੜਾ ਟੌਪਿਕ ਆ ਇਹਨਾਂ ਹੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।